पट्ठा दे अपना जी आ माती दे देखो ना पट्ठे की लाम लूम ज्यादा हड ज्यादा है ठीक है मादी की लाम थोड़ी है हड घट है अस्सलाम वालेकुम दोस्तों मैं थोड़ा वीर भरा सभी ब्लॉग जी तुम वेख रहे हो थोड़ा अपना ही चैनल जी अज सब चढ़ते पंजाब वाले सत श्री अकाल तो लेंदे पंजाब वाले अस्सलाम वालेकुम जी अज असी बहुत लैजेंड तो बहुत अच्छे उस्ताद का थोड़ा शौक करावे जी गलबात करावे जी साढ़े ताया ने बहुत अच्छा शौक करते हैं बड़ा पुराने शिकारी ने जी बाबे सुलेमान दे बारे सारा जो चढ़ते पंजाब इधर आए थे जेडे जेडे बाबे सुलेमान के तलक वास्ते वाले यार दोस्त ने ठीक है उन्होंने सारे की गुफ्तगु करावे तो सारी गलबात दसा अस्सलाम वालेकुम ताया जी वालेकुम सलाम हाँ जी सलाम ताया जी शौक शिकार शौक शिकार ठीक है लग रहे अच्छा ताया जी तुसी इन्नी देर हो गई बड़ा पुराना शौक किया बाबे सुलेमान जट दे नाल भी तुहाडा शौक रहा जी ठीक है तुसी उन्हां दे बारे की जानते हो जिहड़े उन्हां दे चढ़दे पंजाब चू बेली सज्जन आउंदे सी मित्र इंडिया चो हाँ जी इंडिया च उन्हां चो बरियाम सिंह मतलब हरनाम सिंह जवाहर सिंह जी हिंदुस्तान शफी उधर जमया अच्छा जी तो धीया दो उधर ही तीन ही जवाब बाबा जवाक सी कोल जी बाबा सुलेमान दे ठीक है जी 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 बिंडा सिंह हरनाम सिंह जी शांगा सिंह इस तरीके दे उन्हां दे नाम सी एको जिला दे सी सारे हां जी चन्ने बने दे जावर बोगड़ दा कहला कोई शाल दा कहला मस्तड़ दा कहला जी ए नेड़े तहसील जीरा दे विच पिंड सीगे अच्छा जी हां जी जी साडा सीगा पिंड नूरपुर नूरपुर दे नाल शाह वाला सीगा हां जी ते इस तरह मतलब कर नौ बंडाला इस बने सीगा जी दखण वाली साइड ते असी पहाड़ वाली साइड ते सी अच्छा जी हां जी ते ए बाबे सुलेमान दे बेली सीगे उधर ही बाजियां बुजियां बाबा छड़ के आया जी ਮੈਨੂੰ ਅੱਬੂ ਤੋਂ ਸ਼ੌਕ ਆ ਮੇਰੇ ਪਿਓ ਤੋਂ ਵਾਲਾ ਸਾਹਿਬ ਤੋਂ ਹਾਂਜੀ 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 ਉਹ ਤਗੜੇ ਉਧਰ ਹਿੰਦੁਸਤਾਨ ਚੋਂ ਆਏ ਹੋ ਅੱਛਾ ਜੀ ਹਾਂਜੀ ਉਸ ਤੋਂ ਫਿਰ ਬਾਅਦ ਇੱਕ ਮਾੜਾ ਬਾਬਾ ਇੱਥੇ ਆ ਗਏ ਤੇ ਕਬੂਤਰ ਰੱਖ ਰਹੇ ਉਹਨੇ ਅੱਛਾ ਜੀ ਤਕਰੀਬਨ ਸਾਨੂੰ ਨਾ ਮੇਰੇ ਹਿਸਾਬ ਨਾਲ ਤਾਂ 50 ਸਾਲ ਕਬੂਤਰਾਂ ਨੂੰ ਜ਼ਿਆਦਾ ਹੀ ਹੋਣਗੇ ਅੱਛਾ ਸਾਡੇ ਘਰ ਕਬੂਤਰਾਂ ਬੜਿਆਂ ਨੂੰ ਅੱਛਾ ਜੀ ਹਾਂਜੀ ਬਾਬਾ ਸੁਲੇਮਾਨ ਤੋਂ ਹੀ ਕਹਲਾ ਵੀ ਕੰਮ ਚੱਲਿਆ ਅੱਛਾ ਜੀ ਸਭ ਤੋਂ ਪਹਿਲਾ ਸ਼ੌਕ ਤੁਹਾਡਾ ਬਾਬਾ ਇਫਤਦਾ ਸ਼ੌਕ ਦੀ ਬਾਬਾ ਸੁਲੇਮਾਨ ਬਾਬਾ ਸੁਲੇਮਾਨ ਅੱਬੂ ਉਹ ਕੋਲ ਕਬੂਤਰ ਲੈ ਆਉਂਦਾ ਹੁੰਦਾ ਸੀਗਾ ਅੱਛਾ ਜੀ ਹਾਂਜੀ ਠੀਕ ਹੈ ਬਾਅਦ ਦੇ ਵਿੱਚ ਤੁਸੀਂ ਸ਼ੌਕ ਕਰਨ ਲੱਗ ਪਏ ਇੱਥੇ ਬਾਜ਼ੀਆਂ ਬੋਦੀਆਂ ਡਾਲ ਬਾਬੇ ਦੇ ਨਾ ਬਾਬਾ ਤੇ ਤੁਸੀਂ ਕਿੱਥੇ ਕਿੱਥੇ ਬਾਜ਼ੀਆਂ ਛੱਡੀਆਂ ਐਸਾ ਆਪਣੇ ਇਲਾਕੇ ਮਤਲਬ ਬਾਬੇ ਦੇ ਨਾਲ ਨਹੀਂ ਬਾਬੇ ਦੀ ਬਾਜ਼ੀ ਵੇਹਦੇ ਹੁੰਦੇ ਸੀਗੇ ਹਾਂਜੀ ਬਾਬੇ ਦੀ ਜਦੋਂ ਬਾਬਾ ਫੌਤ ਹੋ ਗਿਆ ਉਹਦੇ ਪੁੱਤ ਨੇ ਫੇਰ ਕਬੂਤਰ ਬਾਜ਼ੀ ਕਰਵਾਈ ਉਸ 86 ਵੱਡੀ ਜੀ ਅੱਛਾ ਜੀ ਜਦੋਂ ਕਬੂਤਰ ਬਾਜ਼ੀ ਕਰਾਈ 5-7 ਸਾਲ ਜੀ ਤੇ ਫੇ ਉਸ ਤੋਂ ਬਾਅਦ ਅਸੀਂ ਗਿਰਦ ਸੀਗੇ ਜੀ ਫੇ ਉਸ ਤੋਂ ਬਾਅਦ ਮੈਂ 20 ਸਾਲ ਮਸਲਸਲ ਕਬੂਤਰਬਾਜੀ ਨਿੱਕੀ ਠਾਸੀ ਕਰਾਈ ਨਿੱਕੀ ਠਾਸੀ ਐਸ ਪਿੰਡ ਵਿੱਚ ਐਸ ਪਿੰਡ ਵਿੱਚ ਤੁਸੀਂ ਕਰਾਈ ਬਿਲਕੁਲ ਤੁਸੀਂ 20 ਸਾਲ ਇੱਥੇ ਕਬੂਤਰਬਾਜੀ ਕਰਾਈ ਕਬੂਤਰਬਾਜੀ ਹਰ ਪਿੰਡ 'ਚ ਕਹਿੰਦੇ ਨੇ ਸ਼ਿਕਾਰੀ ਕਹਿੰਦੇ ਨੇ ਕਿ ਸਾਡੇ ਪਿੰਡ 'ਚ ਬਾਹਰ ਦਾ ਬੰਦਾ ਜਿੱਤ ਕੇ ਨਹੀਂ ਜਾਂਦਾ ਆਪਣੇ ਪਿੰਡ ਦੀ ਕੀ ਕੰਡੀਸ਼ਨ ਜਿੱਤੇ ਬਿਲਕੁਲ ਬੰਦੇ ਬੂਟਾ ਕਿ ਮੈਂ ਜਿੱਤਿਆ ਇੱਥੋਂ 88 'ਚੋਂ ਬਿਲਕੁਲ ਜੀ ਠੀਕ ਆ ਜੀ ਜੀ ਤੇ ਰਜਾ ਪੰਜ ਚੱਕ ਦਾ 105-12 ਉਹ ਜਿੱਤਿਆ ਇੱਥੋਂ ਖਾਨੂੰ ਸ਼ੇਖ ਜਿੱਤਿਆ ਇੱਥੋਂ ਅੱਛਾ ਜੀ ਠੀਕ ਆ ਜੀ ਇੱਕ ਰਾਜਾ ਅੰਬਰ ਉਹ ਜਿੱਤਿਆ ਇੱਥੋਂ ਜੀ 94 ਦਾ ਕਬੂਤਰ ਸੀ ਜਿੱਤਿਆ ਇੱਥੋਂ 48-12 ਦੇ ਸਾਈ ਸੀ ਮਹੀਦੇ ਹੋਣੀ ਜੀ ਬਾਬਾ ਸੁਲੇਮਾਨ ਦੇ ਸੀ ਗਿਰਦ ਸੀਗੇ ਉਹ ਜਿੱਤਿਆ ਇੱਥੋਂ ਅੱਛਾ ਜੀ ਹਾਂਜੀ ਇਹ ਹਾਰ ਜਿੱਤ ਦਾ ਨਹੀਂ ਆਖਿਆ ਜਾਂਦਾ ਹਾਰ ਜਿੱਤ ਬਣੀ ਹੋਈ ਹੈ ਜਿੱਤ ਹਾਰਕ ਬਣੀ ਆ ਠੀਕ ਹੈ ਤੇ ਹਾਂਜੀ ਪੱਖੇ ਤਿੰਨ ਨਾਮ ਰੱਖੇ ਸਾਡੇ ਪਿੰਡ ਨੇ ਜੀ ਉਦੋਂ ਅੱਲਾ ਨੇ ਬੜੀ ਇੱਜ਼ਤ ਰੱਖੀ ਆਪਣੀ ਤਿੰਨੇ ਇਨਾਮ ਜਿਹੜੇ ਉਹ ਆਪਣੇ ਕੋਲੇ ਅੱਛਾ ਜੀ ਕਿੰਨੇ ਕਿੰਨੇ ਕਬੂਤਰ ਉੜਦੇ ਸੀ ਪਹਿਲੇ 18-20 35 ਅਖੀਰ 35 ਅੱਛਾ ਜੀ ਮੋੜ ਕਿੰਨਾ ਹੁੰਦਾ ਸੀ ਉਦੋਂ 200 ਜਾਂ 100 200 ਜੀ ਮੋੜਾਂ 'ਚ ਹਾਰਜੇ ਤੁੰਦੀ ਨਹੀਂ ਕਿ ਪਹਿਲੇ ਮੋੜਾਂ 'ਚ ਵੀ ਤੇ ਪਹਿਲੇ ਦਿਨ ਠੀਕ ਹੈ ਤੇ ਤੁਸੀਂ ਮਾਸ਼ਾਅੱਲਾ ਮੋੜ ਦੇ ਬਹੁਤ ਅੱਛੇ ਖਿਲਾੜੀ ਹੋ ਮੋੜ ਬੜੇ ਬੜੇ ਅੱਛੇ ਡਾਂਦੇ ਹੋ ਕਿੱਥੇ ਜ਼ਿਆਦਾ ਮੋੜ ਤੁਹਾਡੇ ਕਿਹੜੀ ਜਗ੍ਹਾ ਤੇ ਪਏ ਜਿੱਥੇ ਤੁਸੀਂ ਜ਼ਿਆਦਾ ਮੋੜ ਅੱਛਾ ਜੀ ਮੋੜਾਂ ਦੀ ਗੱਲ ਫਿਰ ਸਾਡਾ ਮੋੜ ਪਿਆ 509 ਡਲਨ ਬੰਗਲਾ ਜੀ ਉੱਥੇ ਪੁਆਇੰਟ ਮਾਰਿਆ ਨਸੀਰਾ ਸ਼ੇਖ ਮੇਰਾ ਸੀਗਾ ਜੀ ਉੱਥੇ ਪੁਆਇੰਟ ਮਾਰ ਗਿਆ ਫਿਰ 100
8 12 ਆ 14 ਵਾਲਾ ਸਿੱਧੀ 14 ਵਾਲੀ ਆਂਖ ਸੋ ਆ 14 ਕਸਵਾਲ ਦੇ ਕੋਲ ਹਾਂਜੀ ਉਹ ਉੱਥੇ ਕਿੰਨੇ ਕਬੂਤਰ ਉੱਡੇ ਸੀ ਹਾਂਜੀ ਉੱਥੇ ਇੱਕ ਕਬੂਤਰ ਨਹੀਂ ਮੈਨੂੰ ਪਤਾ ਦੋ ਛੱਡੇ ਡੜੇ ਛੱਡਿਆ ਕਬੂਤਰ ਇੱਕ ਜੀ ਇੱਕ ਛੱਡਿਆ ਕਬੂਤਰ ਮੈਂ ਪੁਆਇੰਟ ਦੇ ਜੀ ਇੱਕ ਜ਼ਿਆਦਾ ਲਾਲਚੀ ਨਾ ਕਬੂਤਰ ਸੀਗਾ ਜੀ ਇੱਕ ਥੋੜਾ ਲਾਲਚੀ ਨਾ ਜੀ ਉਹ ਆਪਦਾ ਪੁਆਇੰਟ ਵੱਧ ਗਿਆ ਦੂਸਰ ਚ ਹਾਂਜੀ ਤੇ ਉਹ ਦੂਸਰਾ ਕਬੂਤਰ ਸੀਗਾ ਦੜਾ ਵੱਧ ਗਿਆ ਉਹ ਬੈਂਦਾ ਸੀ ਖੁਰਲੀ ਚ ਅੱਛਾ ਜੀ ਆ ਮੱਝਾਂ ਵਾਲੀ ਖੁਰਲੀ ਚ ਪੱਕੀ ਬਣਾਈ ਹੋਈ ਸੀ ਉਹਦੇ ਵਿੱਚ ਬੈਂਦਾ ਸੀ ਅੱਛਾ ਕਬੂਤਰ ਉਹਨਾਂ ਦੇ ਅੱਛਾ ਜੀ ਹਾਂਜੀ ਜਿਹੜਾ ਤੁਸੀਂ ਆਪਣਾ ਆਪਾਂ ਕਬੂਤਰ ਮੋੜਨੇ ਆ ਆਮ ਸ਼ਿਕਾਰੀ ਕਬੂਤਰ ਮੋੜਦੇ ਨੇ ਠੀਕ ਹੈ ਕਿਸ ਤਰੀਕੇ ਮੋੜਦੇ ਨੇ ਤੁਹਾਡਾ ਮੋੜਨ ਦਾ ਮਾਸ਼ਾਅੱਲਾ ਤਜਰਬਾ ਬਹੁਤ ਜ਼ਿਆਦਾ ਹੈ ਠੀਕ ਹੈ ਉਹ ਮੋੜਨ ਦਾ ਕੀ ਤਰੀਕਾ ਮਾੜਾ ਜਿਹਾ ਮਸ਼ਵਰਾ ਦਿਓ ਸਾਨੂੰ ਕਿਸ ਤਰੀਕੇ ਨਾਲ ਜਿਵੇਂ ਆ ਕਬੂਤਰ ਆਪਾਂ ਪਹਿਲੇ ਦਿਨ ਆਪਣਾ ਕਬੂਤਰ ਦਿਨ ਕਰ ਜਾਂਦਾ ਅੱਗੋਂ ਦੂਸਰ ਪੈ ਜਾਂਦੀ ਹੈ ਠੀਕ ਉਹਦੀਆਂ ਥੱਕਾਂ ਕੱਢਣ ਦਾ ਤਰੀਕਾ ਉਹਨੂੰ ਮੋੜਨ ਦਾ ਤਰੀਕਾ ਜਾਂ ਉਹਨੂੰ ਆਪਾਂ ਭਾਫ ਦਿੰਦੇ ਹਾਂ ਹਾਂ ਭਾਫ ਤਾਂ ਜ਼ਰੂਰੀ ਹੈ ਕਬੂਤਰ ਨੂੰ ਨਾ ਵੀ ਦਿਓ ਤਾਂ ਵੀ ਮਸਾਲੇ ਬਣੇ ਹੁੰਦੇ ਹੁਣ ਕਿਉਂਕਿ ਮੈਂ ਕਾਪੀ 'ਚ ਲਿਖੇ ਫਿਰ ਅਰਸ਼ ਹਾਂਜੀ ਠੀਕ ਆ ਉਹਨੂੰ ਕਬੂਤਰ ਦਾ ਪਾਣੀ ਪੂਰਾ ਕਰੋ ਹਾਂਜੀ ਪਹਿਲੇ ਆਉਂਦੇ ਨੂੰ ਪਾਣੀ ਹਾਂਜੀ ਪਾਣੀ ਪੂਰਾ ਕਰ ਗਿਆ ਕਬੂਤਰ ਦੇ ਉੱਤੇ ਜੀ ਸਵਾਰ ਕੇ ਵਾਗ ਬੂਝਾ ਪੂਰਾ ਹੋ ਜਾਵੇ ਜੀ ਅਤੇ ਉਹਨੂੰ ਮਸਾਲਾ ਦੇ ਸੁੱਟ ਦਿਓ ਅੰਦਰ ਉਹਦੇ ਅੱਛਾ ਜੀ ਹਾਂਜੀ ਅਤੇ ਉਹ ਭਾਵੇਂ ਗਾਲਾ ਪਹਿਲੇ ਦੇ ਲਓ ਭਾਵੇਂ ਬਾਅਦ 'ਚ ਦੇ ਲਓ ਅੱਛਾ ਜੀ ਗਾਲਾ ਪਹਿਲੇ ਦੇਣਾ ਬਿਹਤਰ ਹੁੰਦਾ ਕਿ ਬਾਅਦ 'ਚ ਦੇਣਾ ਬਿਹਤਰ ਪਹਿਲੇ ਬਿਹਤਰ ਹੁੰਦਾ ਅਤੇ ਕਈ ਕਹਿੰਦੇ ਨੇ ਜੀ ਕਬੂਤਰ ਜਿਹੜਾ ਸਾਡਾ ਮੋੜ ਦੇ ਵਿੱਚ ਕਬੂਤਰ ਅਸੀਂ ਡਾਨੇ ਹਾਂ ਅਸੀਂ ਪਾਣੀ ਲੇਟ ਪੂਰਾ ਕਰਾਉਂਦੇ ਹਾਂ ਜਾਂ ਪਾਣੀ ਜਿਸ ਟਾਈਮ ਜਾਨਵਰ ਪਾਣੀ ਟੋਰ ਜਾਂਦਾ ਅਸੀਂ ਉਹਨੂੰ ਬਦਾਮ ਸ਼ਦਾਮ ਲੇਟ ਦਿੰਦੇ ਹਾਂ ਉਹ ਜਿਸਮ ਘਟਾਉਣ ਲੱਗ ਪੈਂਦਾ ਵਧਾਉਂਦਾ ਨੁਕਸਾਨ ਇਹ ਤਾਂ ਨਹੀਂ ਪਾਣੀ ਵਾਲਾ ਜੀ ਉਹ ਜੀ ਹੁੰਦਾ ਪਲਟਾਉਣ ਦਾ ਹਿਸਾਬ ਕਈ ਪਲਟਾਉਂਦੇ 6 ਵਜੇ ਕਈ ਪਲਟਾਉਣ 3 ਵਜੇ ਕਬੂਤਰ ਜਾਂ ਪਲਟਾਇਆ ਜੀ ਉਹ ਮੋੜ 'ਚ ਸ਼ਾਇਦ ਆ ਵੀ ਗਿਆ ਉਹਨੂੰ ਭੁੱਖ ਨੂੰ ਆ ਲੈਂਦੀ ਇਸ ਤਰ੍ਹਾਂ ਕਰਨਾ ਅੱਛਾ ਜੀ ਜਿਹੜਾ ਕਬੂਤਰ 6 ਵਜੇ ਦਾ ਪਲਟਾਇਆ 7 ਵਜੇ ਦਾ ਪਲਟਾਇਆ ਜੀ ਉਹਨੂੰ ਭੁੱਖ ਕੁਛ ਨਹੀਂ ਕਹਿੰਦੀ ਅੱਛਾ ਤਾਂ ਇਹ ਉਹ ਗੱਲ ਠੀਕ ਹੈ ਉਹਨੂੰ ਭੁੱਖ ਕੁਛ ਨਹੀਂ ਆਉਂਦੀ ਜਦੋਂ ਆਪਾਂ ਕਬੂਤਰ ਪਹਿਲੇ ਦਿਨ ਗਰਮ ਕਰਕੇ ਛੱਡ ਦਿੰਦੇ ਹਾਂ ਸ਼ਾਮੀ ਕਬੂਤਰ ਆਪਣਾ ਆ ਕੇ ਬਹਿੰਦਾ ਤੁਸੀਂ ਦੇਸੀ ਹੱਥ 'ਤੇ ਉਡਾਉਂਦੇ ਹੋ ਕਬੂਤਰ ਇੰਨਾ ਤੰਗ ਕਈਆਂ ਸ਼ਿਕਾਰੀਆਂ ਦੇ ਕਬੂਤਰ ਤੰਗ ਹੋ ਕੇ ਬਹਿੰਦੇ ਨੇ ਮੋੜਦਾ ਉਹਨਾਂ ਨੂੰ ਗੁੰਜਾਇਸ਼ ਹੀ ਲੰਮੇ ਪੈਂਦੇ ਨੇ ਉਹਨੇ ਵੀ ਹੁਣ ਉੱਡਣਾ ਠੀਕ ਹੈ ਤੁਹਾਡੇ ਕੋਲ ਵੀ ਐਵੇਂ ਕੋਈ ਚਾਨਸ ਆਇਆ ਕੋਈ ਕਬੂਤਰ ਆਇਆ ਹੋਵੇ ਕਿਸੇ ਦੋਸਤ ਦਾ ਜਾਂ ਸ਼ਗਿਰਦ ਦਾ ਮਸ਼ਾਲਾ ਬਹੁਤ ਜ਼ਿਆਦਾ ਹਾਂਜੀ ਆਇਆ ਤੇ ਲੰਮਾ ਪਿਆ ਅਤੇ ਨਹੀਂ ਤਿਆਰ ਹੁੰਦਾ ਹਾਂਜੀ ਰਸਤੇ ਗੁਜ਼ਰਦਾ ਆਇਆ ਜੀ ਕਬੂਤਰ ਨਾਲ ਸਮਾਂ ਛੇੜਦਾ ਸੀਗਾ ਹਾਂਜੀ ਅਤੇ ਉਹ ਨੋਕ ਪਰ ਨੇ ਡਿੱਗ ਪੈਂਦਾ ਸੀਗਾ ਅੱਛਾ ਜੀ ਉਹ ਤੁਸੀਂ ਕਿਸ ਤਰੀਕੇ ਸਾਂਭਿਆ ਹਾਂਜੀ ਉਸ ਕਬੂਤਰ ਗਰਮ ਹੀ ਕੀਤਾ ਉਹਨੇ ਅੱਛਾ ਜੀ ਆਉਂਦਾ ਹੀ ਗਰਮ ਕਰਤਾ ਆਉਂਦਾ ਗਰਮ ਕਰ ਦਿੱਤਾ ਠੀਕ ਹੈ ਉਹਨੂੰ ਤੱਤ ਪੱਤ ਕੀਤੀ ਮਾਸ਼ਾਅੱਲਾ ਸਿੱਧਾ ਹੋ ਗਿਆ ਬਿਲਕੁਲ ਸਵੇਰੇ ਉੱਡਿਆ ਕੀ ਰਿਜ਼ਲਟ ਉਹਨੇ ਦਿੱਤਾ ਉਹ ਕਬੂਤਰ 2 ਮਿੰਟ ਘੱਟ ਗਿਆ ਸੀਗਾ ਉਹ ਸੀ ਮੁੜਿਆ ਕੋਈ ਜਿੱਤ ਗਿਆ ਸੀ ਅੱਛਾ ਜੀ ਇੱਕੋ ਹੱਥ ਦੇ ਤੁਸੀਂ ਤੁਹਾਡੇ ਮੁੜੇ ਸੀ ਇੱਕ ਜਿਹੜਾ ਸੀ 2 ਮਿੰਟ ਪਹਿਲੇ ਰਹਿੰਦਾ ਘੱਟ ਗਿਆ ਸੀ ਦੂਸਰਾ ਜਿਹੜਾ ਤੁਸੀਂ ਛੱਡਿਆ ਜਿੱਤ ਗਿਆ ਬਿਲਕੁਲ ਬਿਲਕੁਲ ਠੀਕ ਹੈ ਮਾਸ਼ਾਅੱਲਾ ਬੜਾ ਅੱਛਾ ਰਿਜ਼ਲਟ ਰਿਹਾ 3 ਕਬੂਤਰ ਰਹਿ ਗਏ 2 ਆਪਣੇ ਰਹਿ ਗਏ ਸੀਗੇ ਹਾਂਜੀ ਇੱਕ ਅਗਲੇ ਘਰ ਦਾ ਰਹਿ ਗਿਆ ਅੱਛਾ ਜੀ ਜਿਹੜਾ ਆਪਣਾ ਕਬੂਤਰ 9 ਵਾਲਾ ਸੀਗਾ ਹਾਂਜੀ ਉਹ 3 ਵਜ ਕੇ ਕੁਝ ਮਿੰਟਾਂ ਦੇ ਡਿੱਗ ਪਿਆ ਸੀਗਾ ਜੀ ਜਿਹੜਾ ਦੂਸਰਾ ਬੱਚਾ ਸੀਗਾ ਉਹ ਵੱਧ ਕੇ ਬੈਠਾ 5 ਵਜੇ ਠੀਕ ਹੋ ਗਿਆ 93-12 ਜੀ 93 ਤੇ ਹੋਰ ਜਿਹੜੇ ਬਾਬੇ ਦਾ ਤੁਸੀਂ ਸ਼ੌਕ ਵੇਖਦੇ ਰਹੋ ਬਾਬੇ ਹੋਰੀ ਬਾਬਾ ਸੁਲੇਮਾਨ ਬਾਹਰ ਦੜੇ ਡਾਂਦਾ ਰਿਹਾ ਤੁਸੀਂ ਉਹਦੇ ਛੋਟੇ ਤੁਸੀਂ ਜਾ ਕੇ ਵੇਖਦੇ ਸੀ ਤੇ ਕਿਵੇਂ ਰਿਜ਼ਲਟ ਰਿਹਾ ਕਹਿੰਦੇ ਨੇ ਬਾਬੇ ਦਾ ਕਬੂਤਰ ਇਦਾਂ ਹੀ ਛੱਡਿਆ ਨਾ ਇਸ ਤਰ੍ਹਾਂ ਜੇ ਤੁਰ ਕੇ ਮੁੜਿਆ ਆ ਜੀ ਤੇ ਬਾਬੇ ਨੇ ਪੈ ਜਾਣਾ ਹਾਂਜੀ ਸਾਡੇ ਪਿੰਡ ਬਾਬੇ ਨੇ ਕਬੂਤਰ ਛੱਡਿਆ ਸੁਲੇਮਾਨ ਨੇ ਅੱਛਾ ਜੀ 88 ਆ 88 ਜੀ ਅੱਛਾ ਜੀ ਤੇ ਉਹ ਨਾ ਗਿਆ ਐਨ 90 ਵਾਲ ਨੂੰ ਐਨ ਨੂੰ ਗਿਆ ਕਿ ਉਹ 88 ਵੱਡੀ ਨੂੰ ਪਰਾਂ ਹੋ ਗਿਆ ਅੱਛਾ ਤੇ ਬਾਬਾ ਜਾ ਕਾਫਰ ਦਾ ਪੁੱਤ ਅੱਛਾ ਜਿਹਨੂੰ ਉਹਨੂੰ ਇਹ ਗੱਲ ਬੋਲਿਆ ਹਾਂਜੀ ਤੇ ਉਹ ਹੁੱਕਾ ਲੈ ਕੇ ਰਾਹ ਪਿਆ ਘਰ ਟੁਰ ਗਿਆ ਘਰ ਚਲ ਗਿਆ ਅੱਛਾ ਉਹ ਘਰ ਕਬੂਤਰ ਘਰ ਜਾ ਵੜਿਆ ਅੱਛਾ ਜਿਹਨੂੰ ਗਾਲ ਹੀ ਕੱਢੀ ਗੱਲ ਉਹ ਹਾਂਜੀ ਹਾਂਜੀ ਉਹ ਮੁੜ ਕੇ ਨਹੀਂ ਆਇਆ ਉੱਥੇ ਘਰ ਹੀ ਰਹਿ ਗਿਆ ਘਰ ਹੀ ਰਹਿ ਠੀਕ ਹੈ ਹੋਰ ਤੁਸੀਂ ਬਾਬੇ ਦੀਆਂ ਕੋਈ ਬਾਜ਼ੀਆਂ ਇਹ ਸੁਣਿਆ ਸੀ ਸੁਣਿਆ ਕਿ ਬਾਬਾ ਜਿੱਥੇ ਵੀ ਕਬੂਤਰ ਛੱਡਦਾ ਸੀ ਦੱਸ ਦਿੰਦਾ ਸੀ ਠੀਕ ਹੈ ਕਬੂਤਰ ਛੱਡ ਕੇ ਆਪ ਸਕੂਨ ਨਾਲ ਸੌਂ ਜਾਂਦਾ ਬਿਲਕੁਲ ਬਿਲਕੁਲ ਸ਼ਰਬਾਜ਼ ਨਹੀਂ ਸੀਗਾ ਹਾਂਜੀ ਕਿਸੇ ਨਾਲ ਕੋਈ ਦਾਵਤਬਾਜ਼ੀ ਨਹੀਂ ਜਿੱਤ ਗਿਆ ਹਾਰ ਗਿਆ ਹਾਂਜੀ ਹੋਰ ਬਹੁਤ ਸਿਲੇਮਾਨ ਵੀ ਹਾਰ ਜਾਂਦਾ ਸੀਗਾ ਹਾਂਜੀ ਇਹ ਨਹੀਂ ਕਿ ਸਾਰੀਆਂ ਬਾਜ਼ੀਆਂ ਵੱਧਦਾ ਜੀ ਨਹੀਂ ਇਸ ਤਰ੍ਹਾਂ ਨਾਲ ਸਾਡੇ ਪਿੰਡ ਦੇ ਸੀ ਬਾਗੂ ਬਾਸੀ ਹੋਣੀ ਮੈਂਬਰ ਆ ਜੀ ਸਾਡੇ ਪਿੰਡ ਦਾ ਉਹਨਾਂ ਨੇ ਬਾਜੀ ਪਾ ਲਈ ਬਾਬ ਸੁਲੇਮਾਨ ਨੂੰ ਹਰਾਤਾ ਉਹਨੇ ਅੱਛਾ ਜਾਨੀ ਇਹ ਨਹੀਂ ਹੁੰਦੀ ਗੱਲ ਵੀ ਉਹਦਾ ਹਰਦਾ ਹੀ ਨਹੀਂਗਾ ਜੀ ਹੀਰੋ ਤਾਂ ਸ਼ਾਇਦ ਹੈ ਹੀ ਨਹੀਂ ਦੁਨੀਆ 'ਤੇ ਹਾਂਜੀ ਠੀਕ ਹੋ ਗਿਆ ਹਾਂਜੀ ਹੋਰ ਕੋਈ ਤੁਹਾਡੇ ਮਸ਼ਹੂਰ ਮਸ਼ਹੂਰ ਦੜੇ ਜਿਹੜੇ ਤੁਸੀਂ ਮਸ਼ਹੂਰ ਦੜੇ ਤੁਹਾਡੇ ਬੜੇ ਅੜੀ ਦੇ ਵਿੱਚ ਉਡਾਏ ਹੋਣ ਹਾਂਜੀ 99 ਉਡਾਏ 5 ਦਿਨ ਕਬੂਤਰ ਮੋਟਰਸਾਈਕਲ ਸੀਗਾ ਅੱਛਾ ਜੀ ਠੀਕ ਹੈ ਜੀ ਉਸ ਤੋਂ ਬਾਅਦ 95 ਉਡਾਏ 5 ਦਿਨ ਜੀ ਜਿਹੜਾ 95-5 ਦਿਨ ਤੁਸੀਂ ਉਡਾਏ ਨੇ ਉਹ ਮੋੜਾਂ 'ਚ ਉਡਾਏ ਨੇ ਕਿ ਮੋੜਾਂ 'ਚ ਮੋੜਾਂ 'ਚ ਠੀਕ ਉਹ ਤੁਸੀਂ ਆਪ ਜਾ ਕੇ ਮੋੜਦੇ ਰਹੋ ਨਹੀਂ ਘਰ ਇੱਥੇ ਮੈਂ ਮੋੜਦਾ ਇੱਥੇ ਆ ਕੇ ਮੋੜਦੇ ਹੋ ਠੀਕ ਹੈ ਪਹਿਲੇ ਦਿਨ ਜਦੋਂ ਪਹਿਲੇ ਦਿਨ ਮੋੜ ਪਿਆ ਤੁਸੀਂ ਕਬੂਤਰ ਮੋੜਿਆ ਦੂਜੇ ਦਿਨ ਉਹਦਾ ਕੀ ਰਿਜ਼ਲਟ ਰਿਹਾ ਦੂਜੇ ਦੂਸਰ ਜਿੱਦਣ ਪੈ ਗਈ ਠੀਕ ਰਿਹਾ ਠੀਕ ਹੈ ਫਿਰ ਤੀਜੇ ਦਿਨ ਕਬੂਤਰ ਮੜਾ ਜਾਣਾ ਉਹ ਘਟਿਆ ਜੀ ਫਿਰ ਉਹਨੂੰ ਕਹਿੰਦੇ ਨਹੀਂ ਇੱਦਾਂ ਨਹੀਂ ਕਰ ਫਿਰ ਉਹ ਰਾਤ ਨੂੰ ਬੈਠੇ ਚੌਥੇ ਦਿਨ ਅੱਛਾ ਚੌਥੇ ਦਿਨ ਰਾਤ ਨੂੰ ਬੈਠੇ
ਹਾਂ ਦੂਸਰ ਦੇ ਵਿੱਚ ਮਾੜਾ ਉੱਡਿਆ ਅੱਗੂ ਸ਼ਿਕਾਰੀ ਕਹਿੰਦੇ ਨੇ ਕਬੂਤਰ ਰੈਸ਼ ਤੋਂ ਹਟ ਗਿਆ ਜਾਂ ਰੈਸ਼ ਤੋਰਦਾ ਨਹੀਂ ਜਾਂ ਰੈਸ਼ ਰੋਕ ਗਿਆ ਉਹ ਕੀ ਮਸਲਾ ਹੁੰਦਾ ਜਿਸ ਤਰੀਕੇ ਨਾਲ ਜਿਹੜਾ ਕਬੂਤਰ ਆਪਾਂ ਮੋੜ ਚ ਡਾਨੇ ਆ ਤੇ ਆਪਣਾ ਕਬੂਤਰ ਰਾਤੀ ਬਦਾਮ 5 ਤੋਰੇ ਜਾਂ 4 ਤੋਰੇ ਤੇ ਆਪਾਂ ਉਹਨੂੰ ਛੱਡਣ ਲੱਗਿਆ ਡਬਲ ਕਰਕੇ ਦਿੰਦੇ ਆ ਠੀਕ ਹੈ ਤੇ ਕਹਿੰਦੇ ਆ ਰੈਸ਼ ਤੋਂ ਹਟ ਗਿਆ ਘਰ ਘਟ ਗਿਆ ਜਾਂ ਥੱਕਾਂ ਤੋਂ ਘਟ ਉਹਨੇ ਸਵੇਰੇ ਵੀ ਘਟ ਜਾਣਾ ਉਹਨੇ ਸਵੇਰੇ ਵੀ ਘਟ ਜਾਣਾ ਠੀਕ ਜਿਹੜਾ ਉਹ ਜਿਹੜਾ ਕਬੂਤਰ ਚੰਗਾ ਰੈਸ਼ ਤੋਰੇ ਉਹ ਉੱਡਦਾ ਚੰਗਾ ਜਾਂ ਨਹੀਂ ਜੀ ਉਹ ਕਬੂਤਰਾਂ ਦੇ ਸੁਭਾਈ ਦੇ ਸਿਰ ਤੇ ਹੁੰਦਾ ਹਾਂਜੀ ਇੱਕ ਕਬੂਤਰ ਨੇ 10 ਕਿਲੋ ਬਦਾਮ ਖਾਦੇ ਆ ਜੀ ਉਹ ਨਾਮ ਮਾੜਾ ਮੋਟਾ 5 ਬਦਾਮ ਦੇ ਕੇ ਵਿਛੋੜ ਦੇ ਕਬੂਤਰ ਦਿਨ ਕਰ ਜੂ ਅੱਛਾ ਜੀ ਇੱਕ ਕਬੂਤਰ ਜਿਹੜਾ ਰੁੱਖਾ ਮਾੜਾ ਮੋਟਾ ਸਾਂਭਿਆ ਸ਼ੇਰ ਪਜੇ ਪਾਈਏ ਨਾਲ ਉਹਨੇ ਕੀ ਕਰਨਾ ਚਾਹੀਦਾ ਜੀ ਅੱਜ ਕੱਲ੍ਹ ਦੇ ਨਵੇਂ ਸ਼ਿਕਾਰੀ ਜਿਹੜੇ ਆਪਣੇ ਸ਼ੌਕ ਕਰਦੇ ਨੇ ਮੈਡੀਸਨ ਤੇ ਡਾ ਰਹੇ ਨੇ ਆਪਣੇ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਕੋਈ ਮਸ਼ਵਰਾ ਦਿਓ ਉਹਨਾਂ ਨੂੰ ਕਿਸ ਤਰੀਕੇ ਕਬੂਤਰ ਡਾਣੇ ਚਾਹੀਦੇ ਨੇ ਕਬੂਤਰ ਅੱਜ ਕੱਲ੍ਹ ਕਹਿੰਦੇ ਨੇ ਵੀ ਤੁਸੀਂ ਕਹਿੰਦੇ ਹੋ ਕਬੂਤਰ ਅਜ਼ੀਜ਼ ਏ ਬਾਜ਼ੀ ਅਸੀਂ ਹਰ ਜਾਈਏ ਕਬੂਤਰ ਨੂੰ ਕੁਛ ਨਾ ਹੋਵੇ ਤੇ ਅੱਜ ਕੱਲ੍ਹ ਐਂ ਲੈਂਦੇ ਨੇ ਵੀ ਕਬੂਤਰ ਭਾਵੇਂ ਬਸ ਜੀ ਇੱਦਾਂ ਨਾ ਆਪਦਾ ਦਿਮਾਗ ਆ ਜੀ ਸਾਰਿਆਂ ਦਾ ਜੀ ਭਜਾ ਸਭ ਜੀ ਇਹ ਕਬੂਤਰਾਂ ਦਾ ਮੁਸ਼ਕਿਲ ਹੀ ਛੱਡਦੇ ਆ ਮਾਰ ਕੇ ਹਾਂਜੀ ਸਾਡਾ ਨਹੀਂ ਜੀਨ ਹੁੰਦਾ ਇਹ ਜੀ ਹੋਰ ਗੋਲੀ ਤਾਂ ਹਰ ਬੰਦਾ ਦਿੰਦਾ ਅਸੀਂ ਵੀ ਦਿੰਦੇ ਹਾਂ ਹਾਂਜੀ ਕੋਈ ਸ਼ੱਕ ਨਹੀਂ ਜੀ ਗੋਲੀ ਕਬੂਤਰਾਂ ਨੂੰ ਦਿੰਦੇ ਹਾਂ ਅਸੀਂ ਜੀ ਪਰ ਆ ਮਰਨ ਮਰਾਉਣ ਵਾਲਾ ਕੰਮ ਜਿਹੜਾ ਇਹ ਨਹੀਂ ਕਰਦੇ ਹਾਂਜੀ ਤੁਹਾਡੇ ਉਸਤਾਦ ਦਾ ਵੀ ਮਾਸ਼ਾਅੱਲਾ ਬੜਾ ਨਾਂ ਸੁਣਿਆ ਤੁਹਾਡੇ ਉਸਤਾਦ ਦੇ ਤੁਸੀਂ ਸ਼ਾਗਿਰਦ ਹੋਏ ਉਹਨੇ ਤੁਹਾਨੂੰ ਕਿੰਨੀ ਦੇਰ 'ਚ ਖੇਡ ਦੱਸੀ ਉਹਨਾਂ ਨੇ ਸਾਨੂੰ ਛੇਤੀ ਦੱਸਤੀ ਸੀ ਛੇਤੀ ਦੱਸ ਦਿੱਤੀ ਸੀ ਠੀਕ ਹੈ ਜੋ ਉਹਨੂੰ ਆਉਂਦਾ ਸੀ ਨਾ ਮੈਨੂੰ ਦੱਸ ਸਕਦਾ ਅੱਛਾ ਜੀ ਫਿਰ ਤੁਸੀਂ ਉਸੇ ਆਪਣੇ ਉਸਤਾਦ ਹਾਂਜੀ ਫਿਰ ਹਾਂਜੀ ਆਪਦਾ ਉਸਤਾਦ ਦੇ ਹੱਥ ਠੀਕ ਹੈ ਜੇ ਦਵਾਈਆਂ ਬਣਾ ਲਈਆਂ ਆਪ ਹੀ ਫਿਰ ਨਾ ਉਹਦੇ ਉਸਤਾਦ ਦੇ ਉਸਤਾਦ ਸੀ ਸਾਡੇ ਵੱਡੇ ਉਸਤਾਦ ਬਾਬੇ ਮਤਲਬ ਕਹਲਾ ਵੀ ਅਨੁਸਾਰ ਉਸਤਾਦ ਅਨੁਸਾਰ 95-12 ਜੀ ਉਹ ਮੇਰੇ ਉਸਤਾਦ ਦਾ ਉਸਤਾਦ ਸੀ ਜੀ ਉਹ ਮੇਰੇ ਨਾਨਕੇ ਦੇ ਪਿੰਡ ਦਾ ਸੀ ਹਾਂਜੀ ਉਹਨੂੰ ਫੋਨ ਕੀਤਾ ਮੈਂ ਕਿਹਾ ਮਾਮਾ ਕਬੂਤਰ ਨੂੰ ਮੋੜ ਪੈ ਗਿਆ ਪਹਿਲੀ ਵਾਰ ਮੋੜ ਪਿਆ ਹਾਂਜੀ ਉਹਨੂੰ ਆਪ ਉੱਥੇ ਵੀ ਇੱਦਾਂ ਇੱਦਾਂ ਮੋੜ ਲਿਆ ਅੱਛਾ ਜੀ ਠੀਕ ਹੈ ਜੀ ਉਸਤਾਦ ਵੀ ਸੀਗਾ ਤੇ ਨਾਨਕੇ ਦੇ ਪਿੰਡ ਦਾ ਸੀਗਾ ਜੀ ਅਸੀਂ ਉਹਨੂੰ ਕਬੂਤਰੀ 32-12 ਚ ਫੜ ਕੇ ਲਿਆਏ ਕਿਸੇ ਕਸਾਈਆਂ ਦੇ ਮੁੰਡੇ ਅੱਛਾ ਜੀ ਦੜਾ ਹੋਵੇ ਤੇ ਕੋਈ ਕਬੂਤਰ ਸਾਡੇ ਕੋਲ ਨਾ ਹੋਵੇ ਜੀ ਅੱਲਾ ਕੇ ਦੁਆ ਕੀਤੀ ਵੀ ਯਾਰ ਲਾ ਤੂੰ ਹੀ ਵਾਰਸ ਹਾਂਜੀ ਉਹਦੇ ਪਾਰਟੀ ਦੇ ਬੰਦੇ ਆਏ ਨੇ ਉਹਨਾਂ ਨੇ ਵੀ ਕਿਹਾ ਤੁਸੀਂ ਨਾ ਕਾਇਮ ਹੋ ਜਾਓ ਮੈਂ ਕਿਹਾ ਚਲੋ ਅੱਛਾ ਕਾਇਮ ਕਾਹਦੇ ਉਹ ਦਿਨੋਂ ਹਰੇ ਹੋਏ ਸੀਗੇ ਜੀ ਉਹ ਕਬੂਤਰੀ ਨੂੰ ਮੋੜ ਲਾਉਣਾ ਸ਼ੁਰੂ ਕਰਤਾ ਜੀ ਜਿਹੜੀ 32 ਜਾਂ ਕਬੂਤਰੀ ਇੱਕ ਸਾਲੇ ਹਰ ਗਈ ਜਾਂ ਜਿੱਤ ਗਈ ਹਾਂਜੀ ਉਹਨੂੰ ਮੋੜ ਕੇ ਛੱਡਿਆ ਕਬੂਤਰੀ ਪੱਖਾ ਵੱਧ ਗਿਆ 5:35 ਤੇ ਪੱਖਾ ਜਿੱਤ ਗਈ ਹਾਂ ਕਿ ਮੈਚ 82 ਤੋਂ ਪੱਖਾ ਵੱਧ ਗਿਆ ਅੱਛਾ ਹਾਂਜੀ ਸਾਡੇ ਪਿੰਡ ਦਾ ਸੀਗਾ ਅੱਛਾ ਜੀ ਠੀਕ ਆ ਜੀ ਉਹ ਉਧਰੇ ਬਹਿ ਗਈ ਚਰੀ ਮੁੜ ਕੇ ਅੱਛਾ ਜੀ ਆਉਣ ਜੋਗੀ ਹੈ ਹੀ ਨਹੀਂ ਸੀ ਅੱਛਾ ਜੀ ਉਹਦੇ ਕਬੂਤਰ ਨੇ ਰਲੀ ਰਹੀ ਉਹ ਕਦੇ ਉਹ ਥੱਲੇ ਕਦੇ ਉਹ ਥੱਲੇ ਹੁਣ ਤੈਨੂੰ ਕਹੀਏ ਤਾਂ ਖੜੀ ਵੱਧ ਗਈ ਝੂਠ ਮਾਰੀਏ ਫਾਇਦਾ ਕੋਈ ਜੀ ਉਹਦਾ ਕਬੂਤਰ ਬਹਿੰਦਾ ਗਿਆ ਪਰਾਂ ਕੇ ਗਿੱਲਾਂ ਦੇ ਘਰ ਡਿੱਗ ਪਿਆ ਜੀ ਤੇ ਸਾਡਾ ਕਬੂਤਰ ਪਰਾਂ ਢਾਂਗੀ ਖੜੀ ਕੀਤੀ ਸੀ ਚੋਰ ਸੀ ਉੱਥੇ ਡਿੱਗ ਪਈ ਜੀ ਅੱਛਾ ਜੀ ਕਬੂਤਰਾਂ ਦਾ ਜਿਹੜਾ ਤੁਸੀਂ ਕਬੂਤਰਾਂ ਦੀ ਬਾਬੇ ਵਾਲੇ ਕਬੂਤਰਾਂ ਦੀ ਤੁਹਾਨੂੰ ਬੜੀ ਪਰਖ ਹੈ ਅੱਜ ਕੱਲ੍ਹ ਹਰ ਬੰਦੇ ਕੋ ਜਿਹਦੇ ਕੋ ਜਾਈਦਾ ਉਹ ਕਹਿੰਦਾ ਬਾਬੇ ਵਾਲੇ ਮੇਰੇ ਕੋ ਝੂਠ ਮਾਰਦੇ ਠੀਕ ਹੈ ਬਾਬਿਆਂ ਨੇ ਮੇਰੇ ਕੋਲ ਬਾਬਿਆਂ ਦੇ ਕਬੂਤਰਾਂ ਦੀ ਕੀ ਨਿਸ਼ਾਨੀਆਂ ਸਨ ਜਿਹੜੇ ਪੁਰਾਣੇ ਨਿਸ਼ਾਨੀਆਂ ਕਿਸੇ ਕੋਲ ਹੈ ਵੀ ਆਉਂ ਤਾਂ ਤੇ ਬਾਕੀ ਜ਼ਿਆਦਾ ਮਿੱਠਾ ਪਾਉਂਦੇ ਅੱਛਾ ਜੀ ਆ ਗੁੜ ਪਾ ਲਿਆ ਜਾਂ ਕੋਈ ਖਾਂਡੀ ਖਿੱਚੀ ਫਿਰਦੇ ਜੀ ਠੀਕ ਹੈ ਉਹ ਕਿਸੇ ਕੋਲ ਐਡੇ ਕਬੂਤਰ ਨਹੀਂ ਰਹੇ ਕੋਈ ਘੱਟ ਵੱਧ ਹਾਂਜੀ ਤੁਹਾਨੂੰ ਤੁਸੀਂ ਕਰੀਬ ਸੀ ਤੁਹਾਨੂੰ ਜ਼ਿਆਦਾ ਪਤਾ ਠੀਕ ਹੈ ਬਾਕੀ ਸਾਰੇ ਬੰਦੇ ਐਵੇਂ ਗੱਲਾਂ ਕਰਦੇ ਨੇ ਬਿਲਕੁਲ ਠੀਕ ਹੈ ਉਹ ਇਹਦਾ ਨਾ ਬਾਬੇ ਸੁਲੇਮਾਨ ਦਾ ਨਾਂ ਸੁਣ ਲੈਂਦੇ ਆ ਤੇ ਹੋਵੇ ਨਾ ਕਬੂਤਰ ਲਾਲਚੀ ਨਾ ਜਾਂ ਕਾਲਜ ਨਾ ਕਹਿਣਾ ਸੁਲੇਮਾਨ ਦਾ ਹੀ ਆ ਅੱਛਾ ਜੀ ਠੀਕ ਆ ਜੀ ਉਹਨਾਂ ਨੂੰ ਪਤਾ ਹੁੰਦਾ ਨਹੀਂ ਕਿਹੜੀ ਗੱਲ ਦਾ ਜੀ ਤੇ ਉਹ ਬਣਾ ਲੈਂਦੇ ਉਹ ਕਈ ਕਬੂਤਰ ਵਿਚਾਰੇ ਮੁੱਲ ਵੇਚਦੇ ਗਰੀਬ ਜੀ ਉਹ ਕਹਿਣਾ ਵੀ ਯਾਰ ਬਾਬ ਸੁਲੇਮਾਨ ਚੰਗਾ ਵਿਕ ਜੂ ਜੀ ਹਾਂਜੀ ਉਹ ਇਸ ਤਰ੍ਹਾਂ ਹੋਏ ਵਧਾਉਂਦੇ ਗੱਲ ਨੂੰ ਘਟਾਉਂਦੇ ਨੇ ਵਧਾਉਂਦੇ ਆ ਜੀ ਤੇ ਉਹਨਾਂ ਜਿਹੜੇ ਬਾਬੇ ਵਾਲੇ ਕਬੂਤਰ ਸੀ ਇਹਨਾਂ ਦੀ ਪ੍ਰਵਾਜ਼ ਜ਼ਿਆਦਾ ਉੱਤੇ ਸੀ ਜਾਂ ਅਧਿਕਾਰੀ ਟੂਰ ਹਰ ਥਾਂ ਕਬੂਤਰ ਜਿਹੜੇ ਸੀ ਨਾ ਬਾਬੇ ਦੇ ਕਾਲ ਦੁੰਬੇ ਜੀ ਉਹ ਜ਼ਿਆਦਾ ਤੁਰ ਫਿਰ ਕੇ ਉੱਡਦੇ ਸੀ ਅੱਛਾ ਜੀ ਜਿਹੜੇ ਸੀ ਲਾਲ ਚੀਨੇ ਚਿੱਟੀਆਂ ਅੱਖਾਂ ਦੇ ਇੱਥੋਂ ਪੂਰੀ ਹਿੱਕ ਹੁੰਦੀ ਸੀ ਉਹਨਾਂ ਦੀ ਜੀ ਉਹ ਕਬੂਤਰ ਉੱਚੇ ਖੜੋ ਕੇ ਉੱਡਦੇ ਸੀਗੇ ਜਿਹੜੇ ਲਾਲ ਚੀਨੇ ਸੀ ਕਬੂਤਰ ਥੋੜ੍ਹੇ ਤੁਕਾਂ ਵਾਲੇ ਛੋਟੇ ਕਬੂਤਰ ਸੀ ਜੀ ਠੀਕ ਆ ਉਹ ਕਬੂਤਰ ਉੱਡਦੇ ਸੀਗੇ ਤਕਰੀਬਨ ਜਾ ਰਿਹਾ ਆ ਵੀ ਰਿਹਾ ਅੱਛਾ ਜੀ ਤੁਰਦੇ ਵੀ ਸੀਗੇ ਜੀ ਤੇ ਕਈ ਕਈ ਕਬੂਤਰ ਦੇ ਚੱਕਰ ਹੀ ਐਸਾ ਮਾਰਦੇ ਦਿਨ ਦਾ ਚੱਕਰ ਮਾਰਦੇ ਸੀ ਅੱਛਾ ਉਹਨਾਂ ਦਾ ਰਿਜ਼ਲਟ ਜ਼ਿਆਦਾ ਹਾਂਜੀ ਠੀਕ ਹੈ ਮਾਸ਼ਾਅੱਲਾ ਬਹੁਤ ਅੱਛਾ ਸ਼ੌਕ ਕੀਤਾ ਤੁਹਾਡਾ ਵੀ ਬੜਾ ਨਾਂ ਹੈ ਤੁਹਾਡੇ ਮਾਸ਼ਾਅੱਲਾ ਬਹੁਤ ਜ਼ਿਆਦਾ ਸ਼ਾਗਿਰਦ ਨੇ ਹੋਰ ਜਿਹੜੇ 95-94 ਅੱਗੇ ਪਿੱਛੇ ਤੁਸੀਂ ਦੜੇ ਜਾਂ 86 ਦੜੇ ਡਾਂਦੇ ਰਹੇ ਹੋ ਹਾਂਜੀ ਹਾਂਜੀ ਠੀਕ 86 ਨਹੀਂ ਵਧੇ ਅਸੀਂ ਅੱਛਾ ਉੱਥੇ ਐਤਕੀ ਇੱਕ ਵਾਰ ਉਹ 86 ਰੰਗਰਾਮ ਵਾਲੀ ਵਧੇ ਸੀ 86 ਰੰਗਰਾਮ ਹਾਂ ਉੱਥੇ ਐਸੇ ਸੀਜ਼ਨ ਨਹੀਂ 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 ਪਿਛਲੇ ਸੀਜ਼ਨ ਠੀਕ ਹੋ ਕਿੰਨੇ ਕਬੂਤਰ ਉੱਡੇ ਸੀ ਉੱਥੇ ਇਹ ਸ਼ਬਦ ਨੂੰ ਪਤਾ ਹੁਣ 22 ਉੱਡਦੇ ਸੀਗੇ ਕੀ ਉੱਡਦੇ ਸੀਗੇ ਅੱਛਾ ਜੀ ਅਭੀ ਬਈ ਮੈਂ ਬਹੁਤ ਘੱਟ ਜਾਣਾ ਕਬੂਤਰਾਂ ਮਗਰ ਤੁਸੀਂ ਇੱਥੇ ਘਰ ਬੈਠ ਕੇ ਤਿਆਰ ਕਰਦੇ ਰਹੋ ਅੱਛਾ ਆਪਣੇ ਪਿੰਡ 'ਚ ਜਿੰਨੇ ਵੀ ਮੁਕਾਬਲੇ ਹੋਏ ਨੇ ਠੀਕ ਹੈ
ਬਾਹਰ ਦੇ ਵੀ ਕਬੂਤਰ ਜਿੱਤੇ ਨੇ ਆਪਣੇ ਪਿੰਡ ਦੇ ਵੀ ਜਿੱਤੇ ਬਿਲਕੁਲ ਠੀਕ ਹੈ ਮੁਕਾਬਲਾ ਬਰਾਬਰ ਹੈ ਹਾਂਜੀ ਹਾਂਜੀ ਠੀਕ ਹੈ ਕੋਈ ਪਰੇਸ਼ਾਨੀ ਨਹੀਂ ਹਾਂਜੀ ਹਾਂ ਹਾਂ ਜੋ ਕਹਿੰਦਾ ਕਬੂਤਰ ਸੀ ਕਸਾਈਆਂ ਦਾ ਅੱਛਾ ਜੀ 95-12 ਹਾਂਜੀ ਇੱਥੋਂ ਨਾ ਮੈਂ ਲੈ ਲਿਆ ਉਹਨੂੰ ਕੋ ਦੋ ਸੀਗੇ ਇੱਕ ਭੱਜ ਛਿਆ ਨੇ ਭੱਜ ਗਿਆ ਹਾਂਜੀ ਤੇ ਇੱਕ ਕਬੂਤਰ ਆ ਗਿਆ ਅੱਛਾ ਜੀ ਤੁਹਾਡੇ ਡਿੱਕੇ ਅੱਛਾ ਜੀ ਜੋ ਆਕਾਂ ਤੋਂ ਲਿਆ ਸੀ ਛੱਡਣ ਵਾਸਤੇ ਬਾਜੀ ਅਸੀਂ ਕਬੂਤਰ ਆਪਦੇ ਕਤਰ ਦੇ ਸੀਗਾ ਉਹ ਮੌਸਮ ਜਿਹਾ ਸੋਹਣ ਪੌਦਾ ਸੀਗਾ ਜੀ ਪਰੂੰ ਦੀ ਗੱਲ ਅੱਛਾ ਜੀ ਸਾਲ 2020-21 ਦੀ ਹਾਂਜੀ 21 ਦੀ ਹਾਂਜੀ ਉਹ ਫਿਰ ਉੱਥੇ ਜਿਉਂ ਮੁਕਾਬਲਾ ਹੋਣਾ ਸ਼ੁਰੂ ਹੋਇਆ ਜਿਉਂ ਹੋਇਆ ਜੀ 5 ਦਿਨ ਲੱਗ ਗਏ ਜੀ ਪੰਜੀ ਦਿਨੀ ਨਾ ਉਹ 42-44 ਹਜ਼ਾਰ ਦੀ ਬਾਜੀ ਸੀਗੀ ਜੀ ਕਬੂਤਰ 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 ਉੱਡੇ ਸੀਗੇ ਬਾਈ ਕਬੂਤਰ ਉੱਡੇ ਸੀਗੇ ਅਤੇ 42-44 ਹੋ ਗਿਆ ਜੀ ਜੀ 44 ਠੀਕ ਹੈ ਉੱਥੇ 5 ਦਿਨ ਮੁਕਾਬਲਾ ਹੋਇਆ ਅਗਲੇ ਘਰ ਦਾ ਕਬੂਤਰ ਵੀ ਬੜਾ ਉੱਡਿਆ ਅੱਛਾ ਜੀ ਬੜਾ ਫਸ ਕੇ ਮੁਕਾਬਲਾ ਬਹੁਤ ਫਸ ਕੇ ਮੁਕਾਬਲਾ ਕਦੇ ਉਹ ਥੱਲੇ ਕਦੇ ਇਹ ਥੱਲੇ ਅੱਛਾ ਜੀ ਠੀਕ ਹੈ ਦੋਵਾਂ ਘਰਾਂ ਦੀ ਜਾਨ ਦੋਵਾਂ ਘਰਾਂ ਦੀ ਜਾਨ ਐਨ ਬਿਲਕੁਲ ਨਿਕਲਦੀ ਸੀਗੀ ਅਤੇ ਆਮ ਸ਼ਿਕਾਰੀ ਨੇ ਸਾਡੇ ਆਉਣੇ ਪਿੰਡਾਂ ਦੇ ਮਤਲਬ ਦੂਰੋਂ ਦੂਰੋਂ ਕਬੂਤਰ ਵੇਖਣ ਆਏ ਜੀ ਜਿੱਤਾਂ ਹਾਰਾਂ ਪਹਿਲੇ ਦਿਨ ਲੋਕਾਂ ਦੀ ਹੋ ਗਈਆਂ ਇੱਥੇ 20-20 ਹਜ਼ਾਰ ਦੀ ਬਾਜੀ ਸੀ 86 ਰੋਡਾ ਰਾਮ ਵਾਲੀ ਜੀ ਅਸਲਮ ਰਾਈ ਦੀ ਅਤੇ ਡੋਗਰਾਂ ਦੀ ਛੱਡਦਾ ਸੀ ਪਰਵੇਜ਼ ਮਲਕ ਹਾਂਜੀ 92-12 ਨਾ ਬਿਲਕੁਲ 92 ਅਤੇ ਦੋਸੇ ਉਸਤਾਦ ਹਾਂਜੀ ਜੀ ਉਹ ਦਿਨ ਪਹਿਲੇ ਹੋ ਜਾਂਦੀ ਸੀਗੀ ਜੀ ਉਹ ਦੋਵੇਂ ਬਾਜੀਆਂ ਮੁੱਕ ਗਈਆਂ ਸਾਡੀ ਪੰਜਵੀਂ ਬਾਜੀ ਮੁੱਕ 5 ਦਿਨ ਬਾਅਦ ਆਪਣੇ 5 ਦਿਨ ਮੋੜ ਹਾਂਜੀ 4:58 ਜਿੱਥੇ ਆਪਾਂ ਅੱਛਾ ਜੀ ਮਾਸ਼ਾ ਤੇ 5-7 ਮਿੰਟ ਮੋੜ ਆਪਣਾ ਕਬੂਤਰ ਭਾਰਿਆ ਅੱਛਾ ਜੀ ਠੀਕ ਹੋਣਾ ਤੇ ਤੁਸੀਂ ਕਹਿ ਰਹੇ ਸੀ ਕਿ ਗੁੜ ਜਿਹੜਾ ਕਬੂਤਰਾਂ ਦਾ ਚੜ੍ਹਦੇ ਪੰਜਾਬ ਵਾਲੇ ਵੀਰ ਪੁੱਛਦੇ ਨੇ ਵੀ ਕਬੂਤਰਾਂ ਦੇ ਸੰਭਾਲਣ ਦਾ ਤਰੀਕਾ ਗੁੜ ਦਾ ਉਹ ਤੁਸੀਂ ਦੱਸੋ ਵੀ ਕਿੰਨੇ ਟੈਂਪਰੇਚਰ ਕਿਵੇਂ ਗੁੜ ਬਣਾ ਕੇ ਟੈਂਪਰੇਚਰ ਜਿਹੜਾ ਜਿਹੜਾ ਚੜ੍ਹਦਾ ਪੰਜਾਬ ਹੈ ਨਾ ਉਹ ਉਹਦੇ 'ਚ ਬਿਹਤਰ ਹਾਂਜੀ ਜਿਹੜਾ ਇਹ ਰਾਜਸਥਾਨ ਆ ਬਾਬਲ ਨਗਰ ਤੋਂ ਇਸ ਪਾਸੇ ਉਹਨਾਂ ਵਾਸਤੇ ਗੁੜ ਮੌਤ ਆ ਅੱਛਾ ਜੀ ਜ਼ਿਆਦਾ ਗਰਮੀ ਵਾਸਤੇ ਅੱਛਾ ਇਹਨਾਂ ਦੇ ਚੜ੍ਹਦੇ ਪੰਜਾਬ ਵਾਲੇ ਨਾ ਹਾਂਜੀ ਕਹਿਲਾ ਵੀ ਫਿਰੋਜ਼ਪੁਰੀਏ ਹੋਏ ਜੀ ਜਲੰਧਰ ਵਾਲੇ ਹੋਏ ਹਾਂਜੀ ਮਤਲਬ ਜਿਹੜਾ ਹੁਣ ਫਾਜ਼ਿਲਕਾ ਬਣ ਗਿਆ ਹੁਣ ਤਾਂ ਹੁਣ ਜ਼ਿਲ੍ਹੇ ਹੀ ਬਹੁਤ ਬਣ ਗਏ ਨਾ ਅੱਛਾ ਲੁਧਿਆਣਾ ਹੋਇਆ ਅੰਮ੍ਰਿਤਸਰ ਅਤੇ ਆਪਣਾ ਦੂਸਰਾ ਇੱਕ ਜ਼ਿਲ੍ਹਾ ਸੀਗਾ ਉਹ ਕਿੱਥੋਂ ਦੇ ਆਹਾ ਹੋਏ ਗੁਰਦਾਸਪੁਰ ਇਹ ਬਾਰਡਰ ਦੇ ਨਾਲ ਨਾਲ ਜ਼ਿਲ੍ਹੇ ਆ 5-4 ਠੀਕ ਹੈ ਇਹ ਚੜ੍ਹਦੇ ਮਣੇ ਦੇ ਕਬੂਤਰ ਕਹਿ ਲਾ ਵੀ ਆਪਣੇ ਨਾਲ ਜ਼ਿਆਦਾ ਉੱਡਦੇ ਕਿਸ ਤਰ੍ਹਾਂ ਠੰਡ ਆ ਦੱਖਣ ਸਾਈਡ ਤੇ ਕਬੂਤਰ ਜਿਹੜੇ ਨਾ ਆਏ ਨੂੰ ਰਾਜਸਥਾਨ ਜਿਹੜੀ ਇਹ ਦੋ ਰਿਆਸਤਾਂ ਆਪਣੇ ਕੋਲੇ ਆ ਰਿਆਸਤ ਬਾਬਲਪੁਰ ਤੇ ਰਿਆਸਤ ਬਾਬਲ ਨਗਰ ਹਾਂਜੀ ਰਿਆਸਤ ਬਾਬਲਪੁਰ ਤੇ ਬਾਬਲ ਨਗਰ ਦੋ ਰਿਆਸਤਾਂ ਆਪਣੇ ਕੋਲੇ ਬਾਕੀ ਰਿਆਸਤਾਂ ਸਾਰੀਆਂ ਉਹਨਾਂ ਕੋਲੇ ਪਰ ਜੀ ਇੰਡੀਆ ਵਾਲਿਆਂ ਕੋਲ ਜੀ ਇਧਰ ਤੋਂ ਕਬੂਤਰਾਂ ਨੂੰ ਕਹਿੰਦਾ ਵੀ ਜਿਹੜਾ ਗੋੜ ਮੌਤ ਹੀ ਅੱਛਾ ਜੀ ਮਤਲਬ ਚਾਰੇ ਮੁਰੱਬੇ ਪਾ ਲੈਣੇ ਅੱਛਾ ਜੀ ਠੀਕ ਆ ਚਾਰੇ ਮੁਰੱਬੇ ਹਾਂਜੀ ਉਹਨੂੰ ਕੁੱਟ ਕੁੱਟ ਕੇ ਐਨ ਕਰ ਦੇਣਾ ਪੁੱਛ ਮਿਠਾਸ ਨਹੀਂ ਜਾਣਦੇ ਮੁਰੱਬਿਆਂ ਦਾ ਨਾਮ ਵਾਜ਼ਿਆ ਕਰ ਦੇ ਹਾਂਜੀ ਔਲੇ ਦਾ ਬੇੜਾ ਮਤਲਬ ਹਰੜ ਤੇ ਔਲਾ ਹਰੜ ਅੱਛਾ ਜੀ ਤੇ ਸੇਬ ਗਾਜਰ ਅੱਛਾ ਔਲਾ ਬੇੜਾ ਹਰੜ ਗਾਜਰ ਨਹੀਂ ਬੇੜਾ ਨਹੀਂ ਗਾਜਰ ਤੇ ਔਲਾ ਗਾਜਰ ਤੇ ਔਲਾ ਦੋ ਹੋ ਗਏ ਹਾਂਜੀ ਅੱਗੇ ਹਰੜ ਹਰੜ ਤਿੰਨ ਹੋ ਗਏ ਤੇ ਸੇਬ ਚਾਰ ਹੋ ਗਏ ਹਾਂਜੀ ਸੇਬ ਨੂੰ ਉੱਤੋਂ ਘਟਣਾ ਇਸ ਤਰ੍ਹਾਂ ਅੱਛਾ ਜੀ ਉਹਨੂੰ ਨਾ ਮਲ ਮਲ ਕੇ ਐਂ ਅੱਛਾ ਜੀ ਉਹਦਾ ਮਤਲਬ ਮਿਠਾਸ ਨਹੀਂ ਜਾਣ ਦਿੰਦਾ ਅੱਛਾ ਜੀ ਸਾਰਿਆਂ ਮੁਰੱਬਿਆਂ ਨੇ ਸਾਰਿਆਂ ਮੁਰੱਬਿਆਂ ਅੱਛਾ ਜੀ ਉਹ ਇੰਨਾ ਕੁ ਬਣ ਜੂਗਾ ਉਹ ਲੈ ਲੈਣ ਤਕਰੀਬਨ ਆਧਾ ਦੁਪਾ ਮੁਰੱਬਾ ਅੱਛਾ ਆਧਾ ਦੁਪਾ ਚਾਰ ਦੋ ਦੋਸਤਾਂ ਅੱਛਾ ਜੀ ਚਾਰੇ ਮੁਰੱਬੇ ਲੈ ਵਜ਼ਨ ਬਰਾਬਰ ਕਰਨਾ ਹੈ ਹਾਂਜੀ ਬਰਾਬਰ ਕਰ ਜਿੰਨਾ ਮਰਜ਼ੀ ਲੈ ਲਾ ਵਜ਼ਨ ਬਰਾਬਰ ਹੋ ਬਰਾਬਰ ਕਰ ਅੱਛਾ ਜੀ ਠੀਕ ਆ ਜੀ ਉਹ ਕਰਕੇ ਅੱਲਾ ਤੇਰਾ ਭਲਾ ਕਰੇ ਜੀ ਤੇ ਕੁੱਟ ਕੁੱਟ ਕੇ ਉਹਨੂੰ ਸਹੀ ਕਰਨਾ ਹਾਂਜੀ ਚਾਂਦੀ ਦੀ ਇੱਕ ਮਤਲਬ ਕਾਂਪੀ ਪਾਉਣੀ ਵਰਕਾਂ ਦੀ ਚੰਗੀ ਅਸਲ ਹਾਂਜੀ ਵੱਡੇ ਵਰਕਾਂ ਦੀ ਚਾਂਦੀ ਦੀ ਹਾਂਜੀ ਭਾਵੇਂ ਦੋ ਪਾਲਣ ਉਹਦੇ ਉਹਨਾਂ ਵਾਸਤੇ ਬਿਹਤਰ ਹੈ ਨਾ ਹਾਂਜੀ ਠੀਕ ਆ ਜੀ ਫਿਰ ਉਸ ਤੋਂ ਬਾਅਦ ਅੱਲਾ ਤੇਰਾ ਭਲਾ ਕਰੇ ਕੋਈ ਸੋਨੇ ਦੇ ਜਿੰਨੇ ਪਾ ਸਕਦਾ ਕੋਈ ਤਗੜਾ ਕੋਈ ਮਾੜਾ ਵਿਚਾਰਾ ਹਾਂਜੀ ਸੋਨੇ ਦੇ ਵਰਕ ਜਿੰਨੇ ਮਰਜ਼ੀ ਪਾ ਸੁੱਚੇ ਮੋਤੀ ਜਿਹੜੇ ਅਸਲ ਹਾਂਜੀ ਬਰੀਕ ਛੋਟੇ ਹਾਂਜੀ ਛੋਟੇ ਹੁੰਦੇ ਜ਼ਿਆਦਾ ਬਰੀਕ ਚੰਗੇ ਜੀ ਅਤੇ ਉਹ ਪਾਉਣ ਵਿੱਚ ਅੱਛਾ ਜੀ ਠੀਕ ਆ ਜੀ ਉਹ ਜਿੰਨਾ ਵੀ ਉਹ ਪਾ ਸਕਦੇ ਉਹ ਪਾ ਲੈਣ ਜੀ ਉਸ ਤੋਂ ਬਾਅਦ ਦੁਆਲ ਮਿਕਸ ਭੋਰਾ ਪਾਉਣੀ ਅੱਧੀ ਡੱਬੀ ਛੋਟੀ ਅੱਛਾ ਛੋਟੀ ਅੱਧੀ ਹਾਂਜੀ ਖਮੀਰੇ ਦੀ ਮਤਲਬ ਕਹਿ ਲਾ ਇੱਕ ਵੱਡਾ ਮਾਰਵਾਰੀ ਦੇ ਨਹੀਂ ਦੂਸਰੇ ਸਾਦਾ ਖਮੀਰਾ ਸਾਦਾ ਖਮੀਰਾ ਕਿਉਂ ਇਹਨੇ ਪੜਿਆ ਇਹੋ ਮੁੰਡਾ ਜ਼ਿਆਦਾ ਇਹ ਬਣਾਉਂਦਾ ਜੀ ਕੋਈ ਨਹੀਂ ਪਰੇਸ਼ਾਨ ਹਾਂ ਸਾਦਾ ਖਮੀਰਾ ਵੱਡਾ ਵੀ ਵੱਡੀ ਹਾਂਜੀ ਤੇ ਦੁਆਲ ਮਿਕਸ ਅੱਧੀ ਅੱਛਾ ਜੀ ਹਾਂਜੀ ਚਾਂਦੀ ਦੇ ਵਰਕ ਪਾਓ ਸੋਨੇ ਦੇ ਪਾਓ ਜੀ ਮਤਲਬ ਸੁੱਚੇ ਮੋਤੀ ਪਾ ਲਓ ਹਾਂਜੀ ਠੀਕ ਹੋ ਗਿਆ ਕੁਛ ਤਾਂ ਸੋਨਾ ਪਾ ਲਓ ਜੇ ਮਤਲਬ ਬਾਹਲੀ ਗੱਲ ਤਾਂ ਹਾਂਜੀ ਦੋ ਪਾ ਲਓ ਕੁਛ ਤਾਂ ਜੇ ਜਿਹਨਾਂ ਦਾ ਮਹਿੰਗੇ ਤੇ ਮਹਿੰਗਾ ਕੰਮ ਹੀ ਆ ਗਾਂ ਤੁਰ ਜਾਣਾ ਹਾਂਜੀ ਠੀਕ ਆ ਠੀਕ ਹੋ ਗਿਆ ਜੇ ਕੋਈ ਸਰਦਾ ਸਹਿੰਦਾ ਤੇ ਮਤਲਬ ਉਹ ਅੰਬਰ ਪਾ ਲਵੇ ਪੂਰਾ ਅੰਬਰ ਪਾ ਲਵੇ ਹਾਂਜੀ ਹਾਂਜੀ ਕਸਤੂਰੀ ਦੀ ਜਗ੍ਹਾ ਤੇ ਅੰਬਰ ਪਾ ਲਵੇ ਹਾਂ ਅੰਬਰ ਪਾ ਲਵੇ ਇਹਨਾਂ ਸਾਰੀਆਂ ਛਾਵਾਂ ਪੈ ਗਈਆਂ ਨੇ ਠੀਕ ਹੈ ਇਹਨਾਂ ਨੂੰ ਹੱਲ ਕਰ ਲੈਣੇ ਹੱਲ ਕਰ ਲੈਣਾ ਹਾਂ ਅੱਛਾ ਜੀ
ਪੂਰਾ ਮੁਨੱਕਾ ਪਾਉਣਾ ਵਿੱਚ, ਛਟਾਂਗ ਇੱਕ ਛਟਾਂਗ ਮੁਨੱਕਾ ਮੁਨੱਕਾ ਵੀ ਕੱਢ ਕੇ, ਅੱਛਾ ਜੀ ਠੀਕ ਆ ਜੀ, ਕੋਈ ਮਾੜਾ ਯਾਰਕ ਪਾਲਣਾ ਪੂਰਾ ਗੁਲਾਬਾਂ ਦਾ ਰੱਖ, ਗੁਲਾਬਾਂ ਇੱਕ ਦੋ ਢੱਕਣੇ, ਅੱਛਾ ਜੀ, ਇਹ ਮਤਲਬ ਤਾਕਤ ਕਬੂਤਰ ਨੂੰ ਦੇਣੀ ਹੈ। ਹਾਂਜੀ, ਆਇਆ ਕਬੂਤਰ ਖਤਮ ਹੋ ਕੇ ਆਇਆ ਉਹਨੂੰ ਖੋਲ ਦੇਣਾ, ਉਹਨੂੰ ਪਾ ਜਿਹੜਾ ਕਬੂਤਰ ਘੱਟ ਉੱਡਦਾ ਇਹਨੂੰ ਦੇਣਾ। ਅੱਛਾ, ਬਿਲਕੁਲ ਨਾ, ਉਹ ਤਾਂ ਵਧੇਰੇ ਤਾਕਤ ਜਿਹੜੇ ਕਬੂਤਰ ਨੇ ਜ਼ੋਰ ਲਾਇਆ ਭੋਰਾ ਕੋ, ਹਾਂਜੀ ਵੀ 11 ਵਜੇ ਉੱਡਿਆ ਉਹਨੂੰ ਦੇ ਤਾ ਉਹ 10 ਵਜੇ ਕੱਲ੍ਹ ਪਰਸੋਂ ਬਹਿਣ। ਅੱਛਾ, ਇਹ ਗੁੜ ਉਹਦੇ ਵਾਸਤੇ ਜਿਹੜਾ ਕਬੂਤਰ ਫੁੱਲ ਬੜਾ ਫੁੱਲ ਜ਼ੋਰ ਮਾਰਦਾ, ਜਿਹੜਾ ਬਿਲਕੁਲ ਮੁੱਕ ਕੇ ਆਉਂਦਾ ਕਬੂਤਰ, ਸਮਝਦੇ ਨਹੀਂ, ਬਿਲਕੁਲ ਹੱਡੀ ਬਣ ਜਾਂਦੀ ਆ, ਮੁੱਕ ਜਾਂਦਾ ਕਬੂਤਰ, ਉਹ ਮੁੱਕਦਾ ਨਹੀਂ। ਅੱਛਾ ਜੀ, ਇਹਦੇ ਨਾਲ ਕਬੂਤਰ ਬਿਲਕੁਲ ਤਾਜ਼ਾ ਹੋ ਜਾਂਦਾ, ਮੁੱਕਦਾ ਨਹੀਂ। ਠੀਕ ਹੈ, ਕਬੂਤਰ ਮੁੱਕਦਾ ਨਹੀਂ, ਜਿਹੜਾ ਕਬੂਤਰ ਘੱਟ ਪ੍ਰਵਾਦ ਕਰਦਾ ਉਹਨੂੰ ਨਹੀਂ ਦੇਣਾ। ਨਹੀਂ ਨਹੀਂ, ਉਹਨੂੰ ਨਹੀਂ। ਠੀਕ ਹੋ ਗਿਆ, ਇਹਦਾ ਇਹ ਸਾਰੀ ਮੁਫਾਦ। ਇਹਦਾ ਗਰਮੀ ਨਾਲ ਕੀ ਕਨੈਕਸ਼ਨ ਹੈ? ਕਿਸ ਤਰ੍ਹਾਂ ਤੁਸੀਂ ਅੱਗੇ ਦੱਸਿਆ ਸੀ ਗਰਮੀ ਬਹੁਤੀ ਹੋਵੇ ਜਾਂ ਥੋੜ੍ਹੀ ਹੋਵੇ, ਇਹਦਾ ਕਲੈਕਸ਼ਨ ਹੈ ਕਿ ਕਬੂਤਰ ਨੂੰ ਸਮਝ ਆਉਂਦਾ ਉਧਰ ਕਬੂਤਰ ਸੰਭਿਆ ਉਹ ਮਤਲਬ ਮੋਟਾ ਕਬੂਤਰ ਨਹੀਂ ਕੰਮ ਕਰ ਸਕਦੇ ਪੰਜਾਬ 'ਚ, ਨਹੀਂ ਇੱਧਰ ਰਾਜਸਥਾਨ 'ਚ, ਰਾਜਸਥਾਨ ਇਹਦੇ ਕਰੂਗਾ, ਰਾਜਸਥਾਨ ਮੋਟਾ ਕਬੂਤਰ ਨਹੀਂ ਕੰਮ ਦਿੰਦਾ, ਇੱਧਰ ਕਰੇ, ਬਿਲਕੁਲ ਕਰੇ। ਠੀਕ ਹੋ ਗਿਆ ਜੀ, ਇਹ ਸਾਰੀਆਂ ਚੀਜ਼ਾਂ ਆਪਾਂ ਰਲਾ ਕੇ ਉੱਥੇ, ਜਿੰਨਾ ਕਬੂਤਰ ਬਰੀਕ ਹੋਵੇ ਛੋਟਾ ਹੋਵੇ, ਜ਼ਿਆਦਾ ਗਰਮੀ 'ਚ ਬਹੁਤ ਜ਼ਿਆਦਾ ਗਰਮੀ ਉੱਧਰ ਰਾਜਸਥਾਨ 'ਚ, ਅੱਛਾ ਜੀ ਦੱਖਣ ਸਾਈਡ 'ਤੇ ਜੀ ਜੀ, ਅਤੇ ਇੱਧਰ ਕਬੂਤਰ ਛੋਟਾ ਹੀ ਕੰਮ ਕਰੂਗਾ, ਥੋੜ੍ਹਿਆਂ ਬਦਾਮਾਂ ਵਾਲਾ ਕਰੂਗਾ। ਅੱਛਾ ਜੀ, ਅੱਛਾ ਜੀ, ਤੁਸੀਂ ਕਬੂਤਰ ਦੀ ਪਰ ਕੁੰਡੇ ਦੀ ਪਛਾਣ ਕੀ ਹੁੰਦੀ ਹੈ? ਕਿਸ ਤਰ੍ਹਾਂ ਕਬੂਤਰ ਬਹੁਤਾ ਮੋਟੇ ਜਿਸਮ ਦਾ ਉੱਡਦਾ ਜਾਂ ਬਰੀਕ ਦਾ ਜਾਂ ਛੋਟਾ ਜਾਂ ਲੰਮਾ? ਬਰੀਕ ਕਬੂਤਰ ਉੱਡਦਾ ਜ਼ਿਆਦਾ ਗਰਮੀ 'ਚ, ਹਾਂਜੀ, ਜਿਹੜਾ ਕਬੂਤਰ ਵੱਡੇ ਵੇਟ ਦਾ ਉਹ ਠੰਡੇ ਇਲਾਕੇ ਦਾ, ਫੈਸਲਾਬਾਦ ਹੋ ਗਿਆ ਆਪਣਾ, ਹਾਂਜੀ ਲਾਹੌਰ ਹੋ ਗਿਆ, ਠੀਕ ਆ ਜੀ, ਆਪਣੇ ਦਾ ਕਾੜਾ ਬਹੁਤ ਵਕਾਲਾ ਵੀ ਠੰਡਾ ਜੀ, ਇਸ ਤਰ੍ਹਾਂ ਗਾਂ ਗਾਂ ਐਂ ਹੈ ਨਾ, ਹਾਂਜੀ ਇਹ ਠੰਡੀ ਹੈ, ਸ਼ੇਖਪੁਰਾ ਹੋ ਗਿਆ ਠੰਡੀ, ਜਿੰਨਾ ਛੋਟਾ ਜੀ ਛੋਟੇ ਜਿਸਮ ਦਾ ਛੋਟੇ ਪੱਲੇ ਦਾ ਕਬੂਤਰ ਕੁਸ਼ਲ ਦੇ ਬਰਾਬਰ ਹੋਏਗਾ, ਹਾਂ ਓਨਾ ਹੀ ਜ਼ਿਆਦਾ ਕਬੂਤਰ ਇਹ ਅਹਿਮਣ ਦੇ ਕਬੂਤਰ ਜਿਹੜੇ ਨਾ ਇੱਧਰੋਂ, ਹਾਂਜੀ ਜ਼ਿਆਦਾ ਗਰਮੀ ਕਬੂਤਰ ਛੋਟਾ ਉੱਡੂਗਾ ਜੀ, ਅਤੇ ਜਿਹੜਾ ਕਬੂਤਰ ਵੇਟਰ ਵੱਡਾ ਉਹ ਉੱਡੂਗਾ ਠੰਡੇ ਇਲਾਕੇ, ਮੋੜ ਮੋੜ ਉਹਨੂੰ ਪੈਣੇ ਆ। ਆਪਾਂ ਕਹਿੰਦੇ ਵੀ ਲੋਹਾਂ ਦੇ ਕਬੂਤਰ ਹੈ ਸਾਡੇ, ਲੋਹਾਂ ਦੇ ਅੱਗ ਦੇ ਕਬੂਤਰ, ਉਹਨਾਂ ਦੇ ਛੋਟੇ 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 ਕਬੂਤਰ, ਛੋਟਾ ਪਰ ਪੰਜਾ ਛੋਟਾ ਜਿਸਮ, ਠੀਕ ਉਹ ਕਬੂਤਰ ਲੋਹਾਂ ਚੀਰੇ, ਬਿਲਕੁਲ ਬਿਲਕੁਲ ਠੀਕ, ਜਿਹੜਾ ਬਹੁਤਾ ਵੱਡੇ ਵੇਟ ਵਾਲਾ ਹੋਵੇਗਾ ਕਬੂਤਰ ਉਹ ਮੋੜਾਂ 'ਚ, ਜਿੰਨੀ ਠੰਡ ਹੋਏਗੀ ਮੋੜਾਂ 'ਚ, ਮੋੜਾਂ 'ਚ ਚੰਗਾ, ਠੀਕ ਹੈ, ਜਿਹੜਾ ਦਿਹਾੜੀ ਦੀ ਆਰਜੇ ਤੋਂ ਵੀ ਛੋਟਾ ਕਬੂਤਰ, ਛੋਟਾ ਕਬੂਤਰ, ਠੀਕ ਹੋ ਗਿਆ। ਹੋਰ ਕੋਈ ਤੁਸੀਂ ਗੱਲ ਦੱਸਣਾ ਚਾਹੋ? ਕਹਿੰਦਾ ਪਿਆ ਕਿ ਸੱਤਵੀਂ ਕਲੀ ਵੇਖੋ ਜੀ ਅੱਠਵੀਂ ਵੇਖੋ, ਇਹ ਕੋਈ ਗੱਲ ਨਹੀਂ, ਸਾਡੇ ਜਿਹੜੇ ਕਬੂਤਰ ਨੇ ਜਦੋਂ ਛੇਵੀਂ ਸੱਤਵੀਂ ਕਲੀ 'ਚ ਪੰਜਵੀਂ ਛੇਵੀਂ ਕਲੀ ਤੋਂ ਅੱਗੇ ਜਾਂਦੇ ਨੇ ਪਰਵਾਜ਼ ਨਹੀਂ ਕਰਦੇ, ਜਿਹੜੇ ਕਬੂਤਰ ਝਾੜੇ ਪੈ ਜਦੋਂ ਕਿਉਂ ਘਾਟੇ ਵਾਲੇ ਪਾਸੇ ਜਾਂਦੇ ਨੇ, ਇਸੇ ਵੇਲੇ ਤੋਂ ਜਾਂਦੇ ਨੇ, ਤਾਂ ਅੱਜ ਕੱਲ੍ਹ ਦੇ ਸ਼ਿਕਾਰੀ ਨਵੇਂ ਨਵੇਂ ਸ਼ਿਕਾਰੀ ਨਵੇਂ ਨਵੇਂ ਜਾਤ ਨੁਸਖੇ ਕਰਦੇ ਪਏ ਨੇ, ਸੱਤਵੀਂ ਕਲੀ ਦਾ ਕੀ ਰਿਜ਼ਲਟ ਹੈ, ਅੱਠਵੀਂ ਕਲੀ ਦਾ ਕੀ ਰਿਜ਼ਲਟ ਹੈ, ਕੋਈ ਰਿਜ਼ਲਟ ਵੀ ਨਹੀਂ, ਇਹ ਸਿਰਫ ਐਵੇਂ ਗੱਲ ਹੀ ਬਣਾਈ ਹੋਈ ਆਵਾਮ ਨੇ, ਸਿਰਫ ਕਲੀਆਂ ਦੇ ਵਿੱਚ ਕਬੂਤਰ ਚੌਥੀ ਪੰਜਵੀਂ ਕਲੀ ਤੱਕ ਉੱਡ ਸਕਦਾ, ਉਹਦੇ ਤੋਂ ਅੱਗੇ ਕਬੂਤਰ ਉੱਡਦਾ ਹੀ ਨਹੀਂ ਜਿਹੜਾ ਕਲੀਆਂ 'ਚ ਜਾਂਦਾ, ਉਹ ਇੱਕ ਵਾਰੀ ਕੱਚਾ ਹੋ ਜਾਂਦਾ, ਉਹ ਜਦੋਂ ਤੁਸੀਂ ਉਹਦੇ ਨਾਲ ਧੱਕਾ ਕਰੋਗੇ ਉਡਾਓਗੇ ਉਹ ਬਾਹਰ ਬਹਿਣ ਦੀ ਕੋਸ਼ਿਸ਼ ਕਰੇਗਾ, ਅਤੇ ਬਾਕੀ ਸ਼ਿਕਾਰੀਆਂ ਦੋਸਤਾਂ ਮੇਰੇ ਵੀਰਾਂ ਨੇ ਸਾਰੇ ਕਹਿੰਦੇ ਨੇ ਸੱਤਵੇਂ ਪਰ ਦਾ ਸ਼ੌਕ ਕਰੋ, ਅੱਠਵੇਂ ਪਰ ਦਾ ਇਹ ਰਿਜ਼ਲਟ ਹੈ, ਨਵੇਂ ਪਰ ਦਾ ਇਹ ਰਿਜ਼ਲਟ ਹੈ, ਕੋਈ ਰਿਜ਼ਲਟ ਨਹੀਂ, ਸਿਰਫ ਪਰਾਂ ਦਾ ਰਿਜ਼ਲਟ ਇਹੋ ਹੀ ਹੈ ਕਿ ਤੀਜੀ ਤੋਂ ਚੌਥੀ ਕਲੀ ਤੱਕ ਪੰਜਵੀਂ ਕਲੀ ਤੱਕ ਬੱਚਾ ਜਿਹੜਾ ਉੱਡ ਸਕਦਾ, ਉਹਦੇ ਤੋਂ ਅੱਗੇ ਬੱਚਾ ਜਦੋਂ ਕਲੀਆਂ 'ਚ ਪੈ ਜਾਂਦਾ ਨਹੀਂ ਉੱਡਦਾ, ਕੱਚੇ ਹੋ ਜਾਂਦੇ ਨੇ, ਜਦੋਂ ਪੰਜਵੀਂ ਕਲੀ ਤੋਂ ਅੱਗੇ ਟੱਪਦੇ ਨੇ ਛੇਵੀਂ 'ਚ ਜਾਨਵਰ ਉੱਡਦੇ ਹੀ ਨਹੀਂ, ਕੱਚੇ ਹੋ ਜਾਂਦੇ ਨੇ, ਨਾ ਜਾਨਵਰਾਂ ਦੀ ਉਹ ਪਰਵਾਜ਼ ਰਹਿੰਦੀ ਹੈ, ਅਤੇ ਇਨਸ਼ਾਲਾ ਜਿਹੜੇ ਪ੍ਰਵਾਜ਼ੀ ਕਬੂਤਰ ਨੇ ਪ੍ਰਵਾਜ਼ੀ ਬਲੈਡ ਹੈ, ਅੱਛਾ ਬਲੈਡ ਹੈ, ਉਹਨਾਂ 'ਚ ਪ੍ਰਵਾਜ਼ ਐਟੋਮੈਟਿਕ ਹੀ ਹੁੰਦੀ ਹੈ, ਨਾ ਕੋਈ ਕਲੀ ਦਾ ਨਾ ਕੋਈ ਵਾਧੇ ਘਾਟੇ ਦਾ ਕੋਈ ਫਰਕ ਨਹੀਂ ਹੁੰਦਾ, ਉਹਨਾਂ ਦੇ ਖੂਨ 'ਚ ਹੀ ਪ੍ਰਵਾਜ਼ ਹੁੰਦੀ ਹੈ, ਮਾਸ਼ਾਅੱਲਾ ਉਹਨਾਂ ਦੀ ਨਸਲ 'ਚ ਪ੍ਰਵਾਜ਼ ਹੁੰਦੀ ਹੈ, ਪਰ ਕੁੰਦਾ ਅੱਛਾ, ਸਾਰਾ ਕੁਛ ਅੱਛਾ, ਠੀਕ ਹੈ, ਉਹਨਾਂ 'ਚ ਮਲਾਮੀਅਤ, ਇਹ ਸਿਰਫ ਕਬੂਤਰਾਂ ਦੀ ਨਸਲ 'ਚ ਹੁੰਦੀ ਹੈ, ਅਸੀਂ ਕਹਿੰਦੇ ਹਾਂ ਵੀ ਐਨਵੀਂ ਕਲੀ 'ਚ ਇੰਨਾ ਉੱਡੇ, ਐਨੀ ਕਲੀ 'ਚ ਇੰਨਾ ਉੱਡੇ, ਫਲਾਣਾ ਪਰ ਛੋਟਾ ਹੋਵੇ, ਫਲਾਣਾ ਵੱਡਾ ਹੋਵੇ, ਬਸ ਇਹ ਐਵੇਂ ਇੱਕ ਗੱਲ ਹੀ ਹੈ ਜੀ, ਇਹਦੇ 'ਚ ਕੋਈ ਰਿਜ਼ਲਟ ਨਹੀਂ, ਕੋਈ ਚੀਜ਼ ਨਹੀਂ, ਜਾਨਵਰ ਦਾ ਪਰਕ ਹੁੰਦਾ ਜੇ ਉਹ ਸਾਰਾ ਕੁਛ ਜਾਨਵਰ ਦੇ ਬਲੈਡ ਦੇ ਨਾਲ, ਜਾਨਵਰ ਦੀ ਨਸਲ ਦੇ ਨਾਲ, ਜਾਨਵਰ ਦੀ ਪਹਿਚਾਣ ਦੇ ਨਾਲ ਪਹਿਚਾਣਿਆ ਜਾਂਦਾ, ਠੀਕ ਹੈ, ਇਹ ਕੋਈ ਐਡੀ ਨਸਲ ਗੱਲ ਨਹੀਂ ਹੁੰਦੀ ਵੀ ਜਾਨਵਰ ਦਾ ਫਲਾਣਾ ਪਰ ਵੱਡਾ ਹੋਵੇ, ਫਲਾਣਾ ਛੋਟਾ ਹੋਵੇ, ਜਿਹਨੂੰ ਪਰਕ ਹੁੰਦਾ ਅੱਲਾਹ ਨੂੰ ਕੁਦਰਤ ਹੀ ਲੱਗਾ, ਉਹਨੇ ਤਾਂ ਪ੍ਰਵਾਜ਼ ਆਪੇ ਹੀ ਕਰਨੀ, ਠੀਕ ਹੈ, ਇਸ ਚੀਜ਼ ਦਾ ਨਹੀਂ ਹੁੰਦਾ, ਨਾ ਹੀ ਇਸ ਚੀਜ਼ 'ਚ ਅਸੀਂ ਕਹਿ ਸਕਦੇ ਹਾਂ ਜਿਹੜੀ ਚੀਜ਼ ਅੱਲਾਹ ਪਾਕ ਦੀ ਬਣਾਈ ਹੋਈ ਹੈ, ਠੀਕ ਹੈ, ਪਰਿੰਦਾ ਹਾਂ ਇੱਕ ਚੀਜ਼ ਹੈ ਵੇ, ਠੀਕ ਹੈ, ਸ਼ਿਕਾਰੀਆਂ ਦੀ, ਜਿਹੜੇ ਸ਼ਿਕਾਰੀ ਆਪਣੇ ਅਕਲ ਨਾਲ ਜੋੜੇ ਲਾਉਂਦੇ ਨੇ, ਬੱਚੇ ਕਢਾਉਂਦੇ ਨੇ, ਉਹ ਚੀਜ਼ ਮੰਨਣ ਦੀ, ਬਾਕੀ ਪਰ ਕੁੰਦਾ ਪ੍ਰਵਾਜ਼ ਨਸਲ ਬਲੱਡ ਜਿਹੜਾ ਵੀ ਖੂਨ ਹੁੰਦਾ ਜਾਨਵਰ ਦਾ, ਇਹ ਜਾਨਵਰ ਦੇ ਖੂਨ 'ਤੇ ਜਾਂਦਾ, ਜਾਨਵਰ ਦੀ ਪ੍ਰਵਾਜ਼ ਹੁੰਦੀ ਨਸਲ ਦੇ ਸਿਰ 'ਤੇ, ਬਾਕੀ ਹੋਰ ਕੋਈ ਚੀਜ਼ ਨਹੀਂ, ਅੱਲਾਹ ਪਾਕ ਦੀ ਬਣਾਈ ਹੋਈ ਚੀਜ਼ ਹੈ, ਇਹਦੇ 'ਤੇ ਅਸੀਂ ਸ਼ਿਕਾਰੀ ਕੰਟਰੋਲ ਕਰ ਸਕਦੇ ਹਾਂ, ਬਾਕੀ ਇਹਨੂੰ ਅਸੀਂ ਬਣਾ ਨਹੀਂ ਸਕਦੇ, ਜੋੜੇ ਲਾ ਸਕਦੇ ਹਾਂ ਵਿੱਚੋਂ ਅੱਛੇ ਖੂਬਸੂਰਤ
बच्चे पैदा होंदे ने अपनी मर्जी ना निकलते हैं, अल्लाह पाक की मर्जी ना निकलते हैं, हर रंग के निकलते हैं। बाकी इंशाल्लाह दोस्तों कोई भी गल मेरे तो बहुत बहुत सीनियर साढ़े तो उस्ताद ने, बड़े बड़े अच्छे उस्ताद ने, कोई गल असी गलत कर जाइए तो उनकी माजरत गलती की माफ़ी चाहते हैं जी। तो इंशाल्लाह ये ब्लड कुदरती हुंदा है, कुदरती रंग अल्लाह पाक बनाता है। शिकारी आखे जे मैं अपने हिसाब ना बना ला या समझ ना बना ला, नहीं। देखो जी ताए दे कबूतरां दा शौक करो, टाकियां खुड्डियां दा चेक करो। माशाल्लाह बच्चियां वाले कबूतर ने ब्लीडर जोड़े, कोई छाड़ बिचे लगा जी, सियान रवे। है जी एक लोफर दा तुहानू शौक करवाता जी। है जी माशाल्लाह ताए साढ़े बहुत ज़्यादा शागिर्द ने जी, तो बड़ा अच्छा कबूतरबाजी का शौक है। ठीक है जी, ऐ तुम दूसरे लोफर का शौक कराने जी, मोर भी रखे ने जी, ए दूसरे का जी, ए भाई शफी है जी। माशाल्लाह जी किनू ताजा वाला है करना। माशाल्लाह जी देखो सारे कबूतर पुराने कबूतर ने जी, अगे जाल है जी, आ खुडा जी अगे जाल ही लगी है। गर्मियां सर्दियां जानवरों में परेशानी नहीं होती। हम तो मेरा ताया बैठा है, सारा सेटअप भी देख लो जी, ये सिर्फ ये सेटअप है कबूतरों का ही सारा। अब्बा बहुत अच्छा तो माशाल्लाह प्यारा शौक है। ऐ जी ताए दा भाई है शफी जी, वड्डा मेन ऐ, सब दवाइयां दुइयां पईयां जी। देखो जोटा कबूतर खुराक पी है जी, दाना मिक्स किया हो। इधर भी देख लो दोस्तों, वीडियो अच्छी लगी कमेंट च लाजमी दसना जी, ताए का शौक कैसा है। देखो एक लोफटा है, ऐ वड्डा Yeah, I didn't know that.